ਉਹ ਟਾਈਮ ਨੂੰ ਯਾਦ ਕਰਦੇ ਹੋ ਕਦੇ ਕਿ ਸ਼ਿੰਦਾ ਭਾਜੀ ਜਿਹੜਾ ਚਮਕੀਲੇ ਵਾਲਾ ਜੋ ਟਾਈਮ ਸੀਗਾ? ਮੈਂ ਬਾਈ ਮਾਣਕ ਦੇ ਰੱਖੜੀ ਬੰਨ੍ਹਦੀ ਰਹੀ ਹਾਂ, ਛਿੰਦੇ ਦੇ ਰੱਖੜੀ ਬੰਨ੍ਹਦੀ ਰਹੀ ਹਾਂ, ਹਾਕਮ ਬਖਤੜੀ ਵਾਲਾ ਹੋ ਗਿਆ, ਆਪਣਾ ਵੀਰ ਪੰਮੀ ਬਾਈ ਹਰਦੀਪ, ਮੇਰੇ ਤਾਂ ਸਾਰੇ ਭਰਾ ਨੇ। ਇਹ ਜਿਹੜੀ ਤੁਸੀਂ ਰੱਖੜੀ ਬੰਨ੍ਹੀ ਹੈ ਕੁਲਦੀਪ ਮਾਣਕ ਸਾਹਿਬ ਨੂੰ, ਇਹ ਕਿੰਨੇ ਸਾਲਾਂ ਤੱਕ ਬੰਨ੍ਹੀ ਹੈ, ਕਿੰਨੇ ਟਾਈਮ ਤੱਕ ਬੰਨ੍ਹੀ ਹੈ? ਮੇਰਾ ਖਿਆਲ 20 ਸਾਲ ਬੰਨ੍ਹਦੀ ਰਹੀ ਮੈਂ ਰੱਖੜੀ ਦੇ, ਛਿੰਦੇ ਵੀਰ ਦੇ ਰੱਖੜੀ ਵਾਲੇ ਦੇਣੀ ਸੀ, ਛਿੰਦੇ ਬਾਈ ਦੇ ਥੋੜ੍ਹੇ ਦਿਨ ਪਹਿਲਾਂ ਡੈਥ ਹੋਈ ਸੀ, ਤਾਂ ਫਿਰ ਮੈਨੂੰ ਬੜਾ ਅਫਸੋਸ ਹੋਇਆ, ਫਿਰ ਮੈਂ ਜਦੋਂ ਬਾਈ ਨਹੀਂ ਰਹੇ ਮੈਂ ਸੰਸਕਾਰ 'ਤੇ ਗਈ, ਮੈਂ ਉੱਥੇ ਰੱਖੜੀ ਬੰਨ੍ਹ ਕੇ ਆਈ ਬਾਈ ਨੂੰ, ਬਾਈ ਦੀ ਬੋਡੀ ਦੇ ਉੱਤੇ ਰੱਖੜੀ ਰੱਖ ਕੇ, ਕਿਉਂਕਿ ਰੱਖੜੀ 'ਚ ਥੋੜ੍ਹੇ ਦਿਨ ਰਹਿੰਦੇ ਸੀ। ਤੁਸੀਂ ਸੋਚ ਨਹੀਂ ਸਕਦੇ ਜਿੰਨੇ ਇਹ ਪੂਰਨ ਸ਼ਾਹ ਕੋਟੀ ਹੋ ਗਿਆ, ਬਡਾਲੀ ਬ੍ਰਦਰਸ ਹੋ ਗਏ, ਜਿਹੜੇ ਇਹਨਾਂ ਦੇ ਬੱਚੇ ਮਿਲਦੇ, ਮੈਨੂੰ ਲੱਗਦਾ ਮੈਂ ਜਗਤ ਭੂਆ, ਮੈਂ ਜਿੱਥੇ ਵਰਲਡ ਵਾਈਡ ਜਾਂਦੇ ਭੂਆ ਜੀ ਭੂਆ ਜੀ ਭੂਆ ਜੀ ਭੂਆ ਜੀ ਭੂਆ ਜੀ, ਛਿੰਦੇ ਦੇ ਬੱਚੇ ਭੂਆ ਜੀ ਭੂਆ ਜੀ ਭੂਆ ਜੀ, ਸਾਰੇ ਲਾਈਕ ਦੈਟ। ਅਤੇ ਮੈਂ ਜਦੋਂ ਇਹਨਾਂ 'ਚ ਜਾਂਦੀ ਸੀ ਨਾ, ਸਦੀਕ ਦੀ ਵਾਈਫ ਅਤੇ ਸੰਦੀਲੇ ਦੀ ਵਾਈਫ ਸਭ ਦੀਆਂ, ਉਹ ਮੈਨੂੰ ਮੱਥਾ ਐਂ ਲੈ ਕੇ ਨਾ, ਚੁੰਨੀ ਲੈ ਕੇ ਪਿੰਡਾਂ ਵਾਂਗੂ ਮੈਨੂੰ ਮੱਥਾ ਟੇਕਦੀਆਂ, ਕਹਿੰਦੇ ਇੱਕੋ ਹੀ ਤਾਂ ਸਾਡੀ ਨਨਾਣ ਹੈ। ਇੱਕ ਪ੍ਰੋਪਰ ਯੂਨੀਅਨ ਬਾਨੀ ਕਲਾਕਾਰਾਂ ਦੀ ਬਹੁਤ ਜ਼ਰੂਰੀ ਹੈ, ਅਜੇ ਤੱਕ ਕੋਈ ਯੂਨੀਅਨ ਨਹੀਂ ਕਲਾਕਾਰਾਂ ਦੀ, ਫਿਲਮ ਐਸੋਸੀਏਸ਼ਨ ਵਾਲਿਆਂ ਨੂੰ ਤਾਂ ਹੀ ਮੈਂ ਨਾਲ ਰੱਖਿਆ, ਉਹਨਾਂ ਨੇ ਐਸੋਸੀਏਸ਼ਨ ਬਣਾ ਲਈ, ਬਟ ਆਈ ਐਮ ਸੋਰੀ ਟੂ ਸੇ ਸਾਡੀ ਕਲਾਕਾਰਾਂ ਦੀ ਕੋਈ ਯੂਨੀਅਨ ਨਹੀਂ ਅਜੇ ਤੱਕ। 10 ਕੁ ਕਲਾਕਾਰ ਇਕੱਠੇ ਹੋ ਕੇ ਕਹਿ ਦਿੰਦੇ ਸਾਡਾ ਇੰਟਰਨੈਸ਼ਨਲ ਮੈਂ ਪ੍ਰਧਾਨ ਬਣ ਗਿਆ, 10 ਕੁ ਹੋਰ ਇਕੱਠਾ ਹੋ ਕੇ ਕਹਿੰਦੇ ਹੁਣ ਆਹ ਪ੍ਰਧਾਨ ਹੈ, ਬਟ ਪ੍ਰੋਪਰ ਹਜੇ ਤੱਕ ਕਲਾਕਾਰਾਂ ਦੀ ਕੋਈ ਯੂਨੀਅਨ ਨਹੀਂ ਪੰਜਾਬ 'ਚ। ਤੁਹਾਡੇ ਵਿੱਚ ਕੱਪੜੇ ਦੀ ਕਲੈਕਸ਼ਨ ਕਿੰਨੀ ਹੈ, ਮੈਨੂੰ ਇਹ ਦੱਸੋ। ਇਹਦਾ ਮਤਲਬ ਇਹ ਨਹੀਂ ਹੈਗਾ ਵੀ ਮੈਂ ਬੜੀ ਅਮੀਰ ਕਲਾਕਾਰ ਹਾਂ, ਜਾਣੀ ਮੈਨੂੰ ਹਰ ਇੱਕ ਨੂੰ ਸ਼ੌਕ ਹੁੰਦਾ, ਜਿਵੇਂ ਸ਼ੌਕ ਦਾ ਤਾਂ ਕੋਈ ਮੁੱਲ ਨਹੀਂ ਹੁੰਦਾ ਹੈ ਨਾ, ਲੋਕਾਂ ਨੂੰ ਜਿਵੇਂ ਸ਼ਰਾਬੀ ਸ਼ਰਾਬ ਦੀ ਬੋਤਲ ਖਰੀਦਿਆ, ਜਦੋਂ ਪੈਸਾ ਹੋਵੇ ਮੇਰੇ ਕੋਲ, ਜਦੋਂ ਮੇਰੇ ਕੋਲ ਜਦੋਂ ਪੈਸੇ ਹੁੰਦੇ ਮੈਂ ਕੋਈ ਫੁਲਕਾਰੀ ਲੈ ਲਈ, ਪਟਿਆਲੇ ਚਲੀ ਗਈ, ਕੋਈ ਚਰਖਾ ਖਰੀਦ ਲਿਆ। ਅਤੇ ਮੇਰੇ ਨਾਲ ਅੱਜ ਜੀ ਫੋਕ ਸਿੰਗਰ ਸੁਖੀ ਬਰਾੜ ਜੀ ਮੌਜੂਦ ਨੇ, ਅੱਜ ਗੱਲਬਾਤ ਕਰਦੇ ਹਾਂ ਕੁਛ ਦਿਲ ਦੀਆਂ ਅਤੇ ਕੁਛ ਪ੍ਰੋਫੈਸ਼ਨਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਨਿਊਜ਼ 18 ਦੇਖ ਰਹੇ ਤਮਾਮ ਪੰਜਾਬੀ ਸਰੋਤਿਆਂ ਨੂੰ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ, ਜੈ ਸ਼੍ਰੀ ਰਾਮ। ਠੀਕ ਹੋ? ਚੜ੍ਹਦੀ ਕਲਾ ਆਲਵੇਸ। ਤੁਹਾਨੂੰ ਦੇਖ ਕੇ ਨਾ ਇੱਕ ਨਾ ਚੱਕਵਾਂ ਸਟਾਈਲ ਵੈਸੇ ਹੀ ਆਪਣੇ ਅੰਦਰ ਆ ਜਾਂਦਾ ਕਿ ਜਿਵੇਂ ਤੁਸੀਂ ਕਹਿੰਦੇ ਨਾ ਚੜ੍ਹਦੀ ਕਲਾ, ਠੇਠ, ਇੱਕਦਮ ਚੱਕਵਾਂ ਪੂਰਾ। ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ, ਜੇ ਚੜ੍ਹਦੀ ਕਲਾ 'ਚ ਆਪ ਰਹੋਗੇ ਤਾਂ ਦੂਜਿਆਂ ਨੂੰ ਰੱਖੋਗੇ ਨਾ ਤੁਸੀਂ ਜੀ। ਹਾਂ, ਚੜ੍ਹਦੀ ਕਲਾ 'ਚ ਰਹਿ ਕੇ ਸਾਰੇ ਕੰਮ ਹੁੰਦੇ ਨੇ। ਅਤੇ ਮੈਂ ਉਹੀ ਦੇਖ ਪਾਉਂਦਾ, ਮੈਂ ਕਿਹਾ ਜਿਵੇਂ ਜਿਵੇਂ ਤੁਹਾਨੂੰ ਦੇਖਦੇ ਹਾਂ ਨਾ, ਭਾਵੇਂ ਕਿਸੇ ਹੋਰ ਦੇ ਕੈਮਰੇ 'ਚ ਹੋ ਜਾਏ, ਆਪਣੇ ਕੈਮਰੇ ਤੁਹਾਨੂੰ ਕੈਦ ਕਰ ਲਈਏ, ਐਵੇਂ ਲੱਗਦਾ ਕਿ ਸੁੱਖੀ ਬਰਾੜ ਨਾ ਨਹੀਂ, ਸੁੱਖੀ ਬਰਾੜ ਵਾਕਈ 'ਚ ਹੀ ਮਤਲਬ ਕਿ ਇੱਕ ਬਰਾੜਾਂ ਦੀ ਧੀ ਆ, ਹੈ ਨਾ, ਬਰਾੜ ਖਾਨਦਾਨ ਤੋਂ ਕੋਈ ਨਾ ਕੋਈ ਆਇਆ ਜਿਹੜਾ ਪੂਰਾ ਠੇਠ ਦੇਵੇ। ਬਿਲਕੁਲ ਬਿਲਕੁਲ ਨਹੀਂ, ਠੇਠ ਰਹਿਣਾ, ਵੇਖੋ ਆਪਣੇ ਵਿਰਸੇ 'ਚ ਗੜੋਚੇ ਰਹਿਣਾ, ਜਿੱਥੇ ਅਸੀਂ ਜੰਮੇ ਪਲੇ ਹਾਂ, ਜਿਹੜੇ ਪਿੰਡਾਂ 'ਚ ਅਸੀਂ ਜੰਮੇ ਹਾਂ, ਜਿਹੜੇ ਸੱਭਿਆਚਾਰ 'ਚ ਜੰਮੇ ਹਾਂ, ਸਾਨੂੰ ਉਹੋ ਜਿਹਾ ਬਣ ਕੇ ਰਹਿਣਾ ਚਾਹੀਦਾ, ਇਹ ਸਾਡਾ ਰੱਬ ਦੇਖਦਾ, ਉੱਤੇ ਅਖਲਾਕੀ ਫਰਜ਼ ਬਣਦਾ, ਸਾਰਿਆਂ ਦੇ ਫਰਜ਼ ਬਣਦਾ। ਇੱਕ ਚੀਜ਼ ਮੈਨੂੰ ਦੇਖੀ, ਮੈਨੇ ਤੁਹਾਨੂੰ ਬੈਠੇ ਬੈਠੇ ਓਬਜ਼ਰਵ ਕੀਤਾ, ਇਸ ਵਾਰ ਮੈਂ ਤੁਹਾਨੂੰ ਕਦੀ ਪੁੱਛਿਆ ਨਹੀਂ, ਸੱਜ ਸਵਰ ਕੇ ਰਹਿਣਾ ਤੁਹਾਨੂੰ ਆਪ ਨੂੰ ਪਸੰਦ ਲੱਗਦਾ, ਪਸੰਦ ਆਉਂਦਾ, ਜਾਂ ਤੁਸੀਂ ਜਸਟ ਫਿਰ ਇਹ ਕਿਵੇਂ ਰਹਿੰਦੇ ਹੋ ਕਿ ਚਲੋ ਠੀਕ ਹੈ ਜਿੱਥੇ ਜਾਣਾ ਸੱਜ ਸਵਰ ਕੇ ਜਾਣਾ? ਨਹੀਂ ਨਹੀਂ, ਮੈਂ ਘਰੇ ਵੀ ਇੱਦਾਂ ਹੀ ਰਹਿੰਦੀ ਹਾਂ, ਕਿਉਂਕਿ ਸਾਡੇ ਇੱਕ ਗੁਰੂ ਜੀ ਅੱਜ ਕੱਲ੍ਹ ਤੁਸੀਂ ਦੇਖਿਆ ਹੋਣਾ ਚੈਨਲ 'ਤੇ, ਗੁਰੂ ਜੀ ਐਵੇਂ ਉਹਨਾਂ ਦੇ ਬ੍ਰੈਸਲੈਟ ਪਾਏ ਹੋਏ ਨੇ, ਅਤੇ ਮੈਂ ਗੁਰੂ ਜੀ ਦੀ ਵੀ ਭਗਤਾਂ, ਗੁਰੂ ਜੀ ਗੁਰੂ ਨਾਨਕ ਦੇਵ ਜੀ ਨੂੰ ਗੁਰਬਾਣੀ 'ਚ ਵਿਸ਼ਵਾਸ ਕਰਦੇ ਸੀ, ਵੇਖੋ ਗੁਰੂ ਬਿਨਾਂ ਗੱਤ ਨਹੀਂ ਅਤੇ ਸ਼ਾਹ ਬਿਨਾਂ ਪਤ ਨਹੀਂ, ਗੁਰੂ ਜੀ ਸਾਡੇ MA ਇਕਨੋਮਿਕਸ ਗੋਲਡ ਮੈਡਲ, ਉਹ ਕਹਿੰਦੇ ਸੀ ਵੀ ਸੁਬਾਹ ਉੱਠ ਕੇ ਪਹਿਲਾਂ ਨਹਾਓ, ਨਹਾ ਕੇ ਜਿਹੜੀ ਤੁਹਾਡੀ ਬੈਸਟ ਡਰੈਸ ਆ ਉਹ ਪਾਓ ਪਹਿਲਾਂ, ਜਿਹੜੀ ਸੁਬਾਹ ਉੱਠ, ਮੈਂ ਤੁਹਾਨੂੰ ਵੀ ਕਹਿਣੀ ਆ ਬੱਚਿਆਂ ਨੂੰ ਵੀ ਸੁਬਾਹ ਉੱਠ ਕੇ ਤਿਆਰ ਹੋ ਕੇ ਪਹਿਲਾਂ ਬੰਨ ਠਾਣ ਕੇ, ਵਧੀਆ ਡਰੈਸਾਂ ਪਈਆਂ ਰਹਿੰਦੀਆਂ ਤੁਹਾਡੀਆਂ ਅਲਮਾਰੀਆਂ 'ਚ ਪਾ ਕੇ, ਪਹਿਲਾਂ ਤੁਸੀਂ ਇੰਨੀ ਫਰੈਸ਼ਨੈਸ ਮਹਿਸੂਸ ਕਰੋਗੇ, ਸਾਰਾ ਦਿਨ ਤੁਹਾਡਾ ਵਧੀਆ ਲੰਘਦਾ। ਸੋ ਮੈਂ ਜੇ ਦਿਲ ਕਰੇ ਦੋ ਡਰੈਸਾਂ ਵੀ ਬਦਲ ਸਕਦੀ, ਮੇਰੇ ਮੂਡ 'ਤੇ ਡਿਪੈਂਡ ਕਰਦਾ, ਜੇ ਕੱਪੜੇ ਪਏ ਉਹਨਾਂ ਨੂੰ ਸਾਂਭ ਕੇ ਕੀ ਕਰਨਾ, ਔਰ ਮੈਂ ਇੱਦਾਂ ਹੀ ਰਹਿੰਦੀ ਹਾਂ, ਮੇਰੇ ਖਿਆਲ ਇੱਦਾਂ ਹੀ ਮਰੂੰਗੀ ਕਿਸੇ ਦਿਨ। ਤੁਹਾਡੇ ਵਿੱਚ ਕੱਪੜੇ ਦੀ ਕਲੈਕਸ਼ਨ ਕਿੰਨੀ ਹੈ, ਦੱਸੋ? ਮੈਨੂੰ ਤਾਂ ਪਤਾ ਹੀ ਨਹੀਂ ਕਿੰਨੇ ਸੂਟ ਆ, ਘਰੇ ਜਾ ਕੇ ਦੇਖ ਲਓ, ਪਤਾ ਨਹੀਂ। ਮੇਰੇ ਖਿਆਲ 365 ਦਿਨ ਹੁੰਦੇ ਆ, ਤਾਂ ਮੇਰੇ ਖਿਆਲ ਤੁਹਾਡੇ 576 ਕਲੈਕਸ਼ਨ ਆਉਣੀ ਹੈ, ਜਿਹੜੇ ਸਾਨੂੰ ਤੁਸੀਂ ਕਿਹਾ ਕਿ ਇੱਕ ਦਿਨ ਦੋ ਵੀ ਬਦਲ ਲੈਂਦੇ। ਨਹੀਂ ਨਹੀਂ ਨਹੀਂ, ਇਹਦਾ ਮਤਲਬ ਇਹ ਨਹੀਂ ਹੈਗਾ ਵੀ ਮੈਂ ਬੜੀ ਅਮੀਰ ਕਲਾਕਾਰ ਹਾਂ, ਜਾਣੀ ਮੈਨੂੰ ਹਰ ਇੱਕ ਨੂੰ ਸ਼ੌਕ ਹੁੰਦਾ, ਜਿਵੇਂ ਸ਼ੌਕ ਦਾ ਤਾਂ ਕੋਈ ਮੁੱਲ ਨਹੀਂ ਹੁੰਦਾ ਹੈ ਨਾ,
ਫੁਲਕਾਰੀਆਂ ਦਾ ਸ਼ੌਕ ਹੈ, ਨਵੀਆਂ ਡਰੈੱਸਾਂ ਵੀ ਪਾਉਣੀਆਂ, ਮਾਡਰਨ ਵੀ ਪਾਉਣੀਆਂ, ਹਰ ਤਰ੍ਹਾਂ ਦੀਆਂ ਡਰੈੱਸਾਂ ਪਾਉਣੀਆਂ। ਸੋ ਲੋਕਾਂ ਨੂੰ ਜਿਵੇਂ 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 ਸ਼ਰਾਬੀ ਸ਼ਰਾਬ ਦੀ ਬੋਤਲ ਖਰੀਦਿਆ, ਜਦੋਂ ਪੈਸਾ ਹੋਵੇ ਮੇਰੇ ਕੋਲ ਜਦੋਂ ਪੈਸੇ ਹੁੰਦੇ, ਮੈਂ ਕੋਈ ਫੁਲਕਾਰੀ ਲੈ ਲਈ, ਪਟਿਆਲੇ ਚਲੀ ਗਈ, ਕੋਈ ਚਰਖਾ ਖਰੀਦ ਲਿਆ, ਕੋਈ ਚੱਕੀ ਖਰੀਦ ਲਈ। ਸੋ ਇਟਸ ਲਾਈਕ ਦੈਟ। ਨਹੀਂ, ਚੰਗਾ ਲੱਗਦਾ ਕਿਉਂਕਿ ਨਾ ਜਦੋਂ ਤੁਸੀਂ ਲੋਕਾਂ 'ਚ ਡਿਫਰੈਂਟ ਲੱਗਦੇ ਹੋ ਨਾ, ਕਿਉਂਕਿ ਜਿੰਨੇ ਵੀ ਤੁਹਾਡੇ ਸਰਾਊਂਡਿੰਗ ਲੋਕ ਹੁੰਦੇ ਆ ਨਾ, ਮੈਂ ਕਹਿੰਦਾ ਜਿੰਨਿਆਂ ਨੂੰ ਵੀ ਅਸੀਂ ਮਿਲਦੇ ਹਾਂ, ਭਾਵੇਂ ਯੂਨੋ ਲੇਡੀਜ਼ ਹੋ ਜਾਣ ਜਾਂ ਫੋਕ ਸਿੰਗਰਸ ਹੋ ਜਾਣ, ਪੋਲੀਟੀਸ਼ੀਅਨਸ ਹੋ ਜਾਣ, ਸੱਜ ਸਵਰ ਕੇ ਨਾ ਕੋਈ ਕੋਈ ਰਹਿੰਦਾ, ਹਰ ਕੋਈ ਨਹੀਂ ਰਹਿੰਦਾ। ਨਹੀਂ ਤਾਂ ਚੰਗਾ ਲੱਗਦਾ ਜੇ ਸੱਜ ਸਮਰ ਕੇ ਰਹਿਣਗੇ, ਜੇ ਦੁਨੀਆਂ 'ਚ ਤੁਸੀਂ ਅਲੱਗ ਹੀ ਨਾ ਦਿਖੇ। ਵੈਸੇ ਵੀ ਮੈਂ ਅਲੱਗ ਹਾਂ, ਸਭ ਨੂੰ ਪਤਾ ਹੀ ਹੈ ਮੈਂ ਆਪਦੇ ਮਿਸ਼ਨ 'ਚ ਕਾਇਮ ਹਾਂ। ਕਿਸੇ ਦੇ ਗਿੱਟੇ ਲੱਗੇ, ਗੋਡੇ ਲੱਗੇ, ਆਪਾਂ ਸੱਚੀ ਗੱਲ ਕਰਦੇ ਰਹਿੰਦੇ ਹਾਂ, ਅਤੇ ਇੱਦਾਂ ਹੀ ਸੱਚੀਆਂ ਗੱਲਾਂ ਕਰਦੀ ਰਹੂੰਗੀ। ਐਂਡ ਮੈਨੂੰ ਮਾਣ ਹੈ ਪੰਜਾਬੀਆਂ 'ਤੇ, ਤੁਹਾਡੇ ਵਰਗੇ ਜਿਹੜੇ ਸੂਝਵਾਨ ਚੈਨਲ ਵਾਲਿਆਂ ਨੇ, ਨਿਊਜ਼ 18 ਹੋ ਗਿਆ, ਐਂਡ ਤੁਸੀਂ ਮੇਰੀ ਭਾਵੇਂ ਜੋ ਮਰਜ਼ੀ ਕਰੋ, ਮੇਰੀ ਸਹੀ ਗੱਲ ਤੁਸੀਂ ਲੋਕਾਂ ਤੱਕ ਪਹੁੰਚਾਉਂਦੇ ਹੋ। ਮੈਨੂੰ ਨਾ ਪਹਿਲਾ ਸਵਾਲ ਐਕਚੁਅਲ 'ਚ ਆਇਆ ਕੁਛ ਹੋਰ ਸੀ, ਮੈਂ ਤੁਹਾਨੂੰ ਪੁੱਛਿਆ ਕੁਛ ਹੋਰ। ਤੁਹਾਨੂੰ ਦੇਖ ਕੇ ਨਾ ਮੈਨੂੰ ਨਾ ਪੁਰਾਣੇ ਗਾਇਕ ਜ਼ਰੂਰ ਮੈਨੂੰ ਚੇਤੇ ਆਉਂਦੇ ਆ, ਜਿਵੇਂ ਸ਼ਿੰਦਾ ਭਾਜੀ ਹੋ ਜਾਣ, ਚਮਕੀਲਾ ਜੀ ਹੋ ਜਾਣ, ਹੈ ਨਾ, ਕਿਉਂਕਿ ਇਹ ਇਹ ਤੁਹਾਡੇ ਦੌਰ ਵੇਲੇ, ਤੁਹਾਡੇ ਸਮੇਂ ਵੇਲੇ ਕਿਤੇ ਨਾ ਕਿਤੇ, ਹੈ ਨਾ, ਵੀ ਤੁਸੀਂ ਵੀ ਫੋਕ ਸਿੰਗਰ ਹੈਗੇ ਹੋ, ਹੈ ਨਾ, ਤੁਸੀਂ ਵੀ ਪੰਜਾਬੀਆਂ ਨੂੰ ਬਹੁਤ ਕੁਛ ਤੁਸੀਂ ਗੀਤਾਂ ਦੇ, ਹੈ ਨਾ, ਅਕੋਰਡਿੰਗ ਤੁਸੀਂ ਦਿੱਤਾ ਹੈਗਾ, ਬਹੁਤ ਸਾਰੇ ਗੀਤ ਤੁਹਾਡੇ ਹਿੱਟ ਰਹੇ ਆ ਜਿਹੜੇ ਅੱਜ ਵੀ ਸੁਣ ਲਈਏ ਪੁਰਾਣੀਆਂ ਆਵਾਜ਼ਾਂ ਨੂੰ, ਤੁਹਾਨੂੰ ਐਵੇਂ ਲੱਗਦਾ ਜਿਵੇਂ ਫਰੈਸ਼ ਨੇ। ਸੁਖੀ ਜੀ, ਤੁਸੀਂ ਉਹ ਟਾਈਮ ਨੂੰ ਯਾਦ ਕਰਦੇ ਹੋ ਕਦੇ ਕਿ ਸ਼ਿੰਦਾ ਭਾਜੀ ਜਿਹੜਾ ਚਮਕੀਲੇ ਵਾਲਾ ਜੋ ਟਾਈਮ ਸੀਗਾ, ਉਹ ਬੜਾ ਬੜਾ ਗੋਲਡਨ ਟਾਈਮ ਸੀਗਾ, ਉਹ ਕਿਤੇ ਨਾ ਕਿ ਤੁਹਾਨੂੰ ਯਾਦ ਆਉਂਦੀ ਹੈ? ਅਸਲ 'ਚ ਨਾ ਮੈਂ ਰਾਜੇ ਇਹਨਾਂ ਦੇ ਵਿਚਾਲੇ ਜੇ ਹਾਂ, ਜਿਵੇਂ ਸੁਰਿੰਦਰ ਕੌਰ ਇਹਨਾਂ ਦੇ ਦੌਰ ਦੇ ਵਿੱਚ, ਮੈਂ ਨਵਿਆਂ ਅਤੇ ਪੁਰਾਣਿਆਂ ਦੇ ਸੈਂਟਰ 'ਚ ਆਉਂਦੀ ਹੈ ਮੇਰੀ ਉਮਰ, ਅਤੇ ਮੈਂ ਖੁਸ਼ਕਿਸਮਤ ਵੀ ਮੈਂ ਉਹਨਾਂ ਨੂੰ ਵੀ ਦੇਖਿਆ, ਮੈਂ ਇਹਨਾਂ ਨੂੰ ਵੀ ਦੇਖ ਰਹੀ ਹਾਂ, ਹੈ ਨਾ। ਜਿਹੜਾ ਪੁਰਾਣਾ ਜ਼ਮਾਨਾ ਸੀ ਉਹ ਤਾਂ ਗੋਲਡਨ ਟਾਈਮ, ਗੋਲਡਨ ਨਹੀਂ, ਉਹ ਤਾਂ ਜਿਵੇਂ ਕਹਿੰਦੇ ਹਾਂ ਵੀ ਡਾਇਮੰਡ ਟਾਈਮ ਸੀਗਾ, ਉਹਦੀ ਵਜ੍ਹਾ ਇਹ ਸੀ ਵੀ ਉਹ ਤਾਂ ਸੋਸ਼ਲ ਮੀਡੀਆ ਵਿੱਚੋਂ ਨਹੀਂ ਆਇਆ ਸੀਗਾ, ਅਤੇ ਜਿਹੜੇ ਕਲਾਕਾਰ ਸੀ ਅਖਾੜੇ ਲੱਗਦੇ ਸੀਗੇ। ਮੈਂ ਬਾਈ ਮਾਣਕ ਦੇ ਰੱਖੜੀ ਬੰਨ੍ਹਦੀ ਰਹੀ ਹਾਂ, ਛਿੰਦੇ ਦੇ ਰੱਖੜੀ ਬੰਨ੍ਹਦੀ ਰਹੀ ਹਾਂ, ਹਾਕਮ ਬਖਤੜੀ ਵਾਲਾ ਹੋ ਗਿਆ, ਆਪਣਾ ਵੀਰ ਪੰਮੀ, ਬਾਈ ਹਰਦੀ, ਮੇਰੇ ਤਾਂ ਸਾਰੇ ਭਰਾ ਨੇ। ਜਿਵੇਂ ਹਰ ਮੈਂ ਕਹਿੰਦੀ ਹਾਂ, ਲੋਕ ਕਹਿੰਦੇ ਅਸੀਂ ਜਿਹੜੇ ਨਵੇਂ ਸਿੰਗਰ ਨੇ, ਮੈਡਮ ਸੁੱਖੀ ਬਰੋੜ ਤੁਸੀਂ ਕੀ ਕਮਾ ਲਿਆ, ਅਸੀਂ ਉਹ ਤਾਂ ਕਰੋੜਾਪਤੀ ਬਣੇ ਫਿਰਦੇ ਨੇ ਮੇਰੇ ਬੈਕਗਰਾਊਂਡ ਸਿੰਗਰਾਂ ਨੇ, ਜਿਹੜੀਆਂ ਕੁੜੀਆਂ ਵੀ ਫੀਮੇਲ, ਮੈਂ ਕਿਹਾ ਮੈਂ ਉਹ ਕਮਾਇਆ ਜੋ ਤੁਸੀਂ ਸਾਰੀ ਉਮਰ ਨਹੀਂ ਕਮਾ ਸਕਦੇ, ਕਿਉਂਕਿ ਮੈਂ ਰਿਸਪੈਕਟ ਕਮਾਈ ਹੈ, ਓਨਰ ਕਮਾਇਆ, ਮੈਂ ਅੱਜ ਦਾਅਵੇ ਨਾਲ ਬੜਾ ਮਾਣ ਸਨਮਾਨ ਨਾਲ ਸਿਰ ਉੱਚਾ ਕਰਕੇ ਸਮਾਜ 'ਚ ਜਿਉਣੀ ਹੈ ਕਿ ਮੈਂ ਆਪਣੀ ਮਾਂ ਬੋਲੀ ਨੂੰ ਅਤੇ ਆਪਣੇ ਵਿਰਸੇ ਨੂੰ ਢਾਹ ਨਹੀਂ ਲਈ, ਮੈਂ ਇੱਥੋਂ ਸੇਵਾ ਕਰਦੀ ਹਾਂ ਆਪਣੇ ਵਿਰਸੇ ਦੀ, ਆਪਣੀ ਮਾਂ ਬੋਲੀ ਦੀ। ਕੀ ਬਾਤ ਹੈ! ਇਹ ਜਿਹੜੀ ਤੁਸੀਂ ਰੱਖੜੀ ਬੰਨੀ ਹੈ ਕੁਲਦੀਪ ਮਾਣਕ ਸਾਹਿਬ ਨੂੰ, ਇਹ ਕਿੰਨੇ ਸਾਲਾਂ ਤੱਕ ਬੰਨੀ ਹੈ, ਕਿੰਨੇ ਟਾਈਮ ਤੱਕ ਬੰਨੀ ਹੈ? ਮੇਰਾ ਖਿਆਲ 20 ਸਾਲ ਬਣਦੀ ਰਹੀ ਮੈਂ ਰੱਖੜੀ ਦੇ, ਛਿੰਦੇ ਵੀਰ ਦੇ ਰੱਖੜੀ ਵਾਲੇ ਦੇਣੀ ਸੀ, ਛਿੰਦੇ ਬਾਈ ਦੇ ਥੋੜ੍ਹੇ ਦਿਨ ਪਹਿਲਾਂ ਡੈਥ ਹੋਈ ਸੀ, ਤਾਂ ਫਿਰ ਮੈਨੂੰ ਬੜਾ ਅਫਸੋਸ ਹੋਇਆ, ਫਿਰ ਮੈਂ ਜਦੋਂ ਬਾਈ ਨਹੀਂ ਰਹੇ, ਮੈਂ ਸੰਸਕਾਰ 'ਤੇ ਗਈ, ਮੈਂ ਉੱਥੇ ਰੱਖੜੀ ਬੰਨ ਕੇ ਆਈ, ਬਾਈ ਬਾਈ ਦੀ ਬੋਡੀ ਦੇ ਉੱਤੇ ਰੱਖੜੀ ਰੱਖ ਕੇ, ਕਿਉਂਕਿ ਰੱਖੜੀ 'ਚ ਥੋੜ੍ਹੇ ਦਿਨ ਰਹਿੰਦੇ ਸੀ, ਸੋ ਜੁੜੀ ਹੋਈ ਹਾਂ, ਮੈਨੂੰ ਯਾਦ ਵੀ ਆਉਂਦੀ ਹੈ ਬਾਈ ਦੀ। ਸੋ ਸਾਰੇ ਕਲਾਕਾਰ ਬਹੁਤ ਜ਼ਿਆਦਾ ਮਾਣ ਸਨਮਾਨ ਦਿੰਦੇ ਨੇ, ਪਿਆਰ ਕਰਦੇ ਨੇ। ਤੁਹਾਨੂੰ ਨਾ ਅੱਜ ਮੈਨੂੰ ਪਹਿਲੀ ਵਾਰ ਗੱਲ ਪਤਾ ਲੱਗੀ ਆ ਮਾੜਾ, ਵੀ ਇਹ ਚੀਜ਼ ਬੜੀ ਨਵੀਂ ਅਤੇ ਬੜੀ 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 ਚੰਗੀ ਹੈ ਸਾਡੇ ਵਾਸਤੇ, ਵੀ ਮਾਣਕ ਸਾਹਿਬ ਹੋਰਾਂ ਦੇ ਨਜ਼ਦੀਕ, ਮਾਣਕ ਸਾਹਿਬ ਹੋਰ ਜਾਂ ਸ਼ਿੰਦਾ ਭਾਜੀ ਹੋ ਜਾਣ, ਚਮਕੀਲਾ ਸਾਹਿਬ ਹੋ ਜਾਣ, ਜਾਂ ਹੋਰ ਜਿਹੜੇ ਗਾਇਕ ਜਿਹਨਾਂ ਤੁਹਾਡਾ ਰਿਸ਼ਤਾ ਗੂੜਾ ਰਿਹਾ ਇੱਕ ਭੈਣ ਵਜੋਂ, ਹੈ ਨਾ, ਤੁਸੀਂ ਆਪਣੇ ਤੁਸੀਂ ਸੋਚ ਨਹੀਂ ਸਕਦੇ, ਜਿੰਨੇ ਇਹ ਪੂਰਨ ਸ਼ਾਹ ਕੋਟੀ ਹੋ ਗਿਆ, ਬਡਾਲੀ ਬ੍ਰਦਰਸ ਹੋ ਗਏ, ਜਿਹੜੇ ਇਹਨਾਂ ਦੇ ਬੱਚੇ ਮਿਲਦੇ, ਮੈਨੂੰ ਲੱਗਦਾ ਮੈਂ ਜਗਤ ਭੂਆ, ਮੈਂ ਜਿੱਥੇ ਵਰਲਡ ਵਾਈਡ ਜਾਂਦੇ, ਭੂਆ ਜੀ ਭੂਆ ਜੀ ਭੂਆ ਜੀ ਭੂਆ ਜੀ ਭੂਆ ਜੀ, ਛਿੰਦੇ ਦੇ ਬੱਚੇ ਭੂਆ ਜੀ ਭੂਆ ਜੀ ਭੂਆ ਜੀ, ਸਾਰੇ ਲਾਈਕ ਦੈਟ। ਅਤੇ ਮੈਂ ਜਦੋਂ ਇਹਨਾਂ 'ਚ ਜਾਂਦੀ ਸੀ ਨਾ, ਸਦੀਕ ਦੀ ਵਾਈਫ ਅਤੇ ਸੰਧੀਲੇ ਦੀ ਵਾਈਫ ਸਭ ਦੀਆਂ, ਉਹ ਮੈਨੂੰ ਮੱਥਾ ਐਂ ਲੈ ਕੇ ਨਾ, ਚੁੰਨੀ ਲੈ ਕੇ ਪਿੰਡਾਂ ਵਾਂਗੂ ਮੈਨੂੰ ਮੱਥਾ ਟੇਕਦੀ, ਕਹਿੰਦੇ ਇੱਕੋ ਹੀ ਤਾਂ ਸਾਡੀ ਨਨਾਣ ਹੈ ਵੀ ਜਿਹੜੀ, ਹੈ ਨਾ। ਮੈਂ ਕਹਿੰਦੀ ਮੈਨੂੰ ਪੈਸਾ ਕੀ ਕਰਨਾ, ਬੱਚੇ ਮੇਰੇ ਵਧੀਆ ਵੈਲ ਸੈਟਲਡ ਨੇ, ਕੈਨੇਡਾ ਰਹਿੰਦੇ ਨੇ, ਆਪਾਂ ਫੱਕਰ ਬੰਦੇ ਹਾਂ, ਜਿਹੜੇ 4 ਪੈਸੇ ਬੱਚੇ ਉਹ ਬਚਦੇ ਨੇ, ਫਾਊਂਡੇਸ਼ਨ ਵਧੀਆ ਚਲਾ ਰਹੀ ਹਾਂ, ਉਹ ਆਪਾਂ ਗਰੀਬ ਬੱਚਿਆਂ ਦੀ ਫੀਸ ਭਰ ਦਈਦੀ ਹੈ, ਯਤੀਮਖਾਨੇ ਚਲੀ ਜਾਂਦੀ ਉੱਥੇ ਮਦਦ ਕਰੇ ਆਉਣੀ ਆ। ਸੋ ਮੈਂ ਤਾਂ ਇਹ ਪ੍ਰੋਗਰਾਮ ਵੀ ਇਸੇ ਲਈ ਕਰਵਾਇਆ ਵਿਰਸੇ ਦੇ ਵਾਰਸ,
ਜਿਹੜੇ ਅਣਗੌਲੇ ਕਲਾਕਾਰ ਆ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਕੋਈ ਅਵਾਰਡ ਹੀ ਨਹੀਂ ਮਿਲਿਆ ਹੁਣ ਤੱਕ, ਕਿਉਂਕਿ ਸਰਕਾਰਾਂ ਦੇ ਵਿੱਚ ਜਿਹੜੇ ਅਵਾਰਡ ਮਿਲਦੇ ਆ ਨਾ ਉਹ ਮਿਲਦੇ ਜੁਗਾੜ ਨਾਲ ਜ਼ਿਆਦਾ, ਜਿਹੜੇ ਸਟੇਟ ਅਵਾਰਡ ਆ ਜਿਹੜੇ ਕਲਾਕਾਰ ਹੁੰਦੇ ਨਹੀਂ ਸਾਹਿਤਕਾਰ ਉਹ ਅਵਾਰਡ ਲਈ ਜਾਂਦੇ ਨੇ। ਸੋ ਮੇਰੇ ਦਿਲ 'ਚ ਪੀੜ ਹੈ ਥੋੜ੍ਹੀ ਜਿਹੀ, ਕਿਉਂਕਿ ਬਹੁਤ ਅੱਛੇ ਸ਼ਿਵ ਕੁਮਾਰ ਬਟਾਲਵੀ ਦੇ ਟੱਕਰ ਦੇ ਰਾਈਟਰ ਹੁਣ ਵੀ ਹੈਗੇ ਆ ਸਾਡੇ। ਤੁਸੀਂ ਇਹ ਨਾ ਕਹੋ ਵੀ ਸ਼ਿਵ ਕੁਮਾਰ ਬਟਾਲਵੀ ਤੋਂ ਬਾਅਦ ਕੋਈ ਜੰਮੇ ਹੀ ਨਹੀਂ, ਬਹੁਤ ਨੇ ਜਿਨ੍ਹਾਂ ਨੂੰ ਕੋਈ ਪਛਾਣਦਾ ਹੀ ਨਹੀਂਗਾ। ਅਨੂਪ ਵਿਰਕ ਜੀ ਅਮਰੀਕਾ 'ਚ ਮਰ ਗਿਆ, ਉਹਨਾਂ ਦੀਆਂ ਕਿਤਾਬਾਂ ਬੱਚੇ ਪੜ੍ਹਿਓ ਤੁਸੀਂ ਮੇਰੇ ਕੋਲ, ਮਤਲਬ ਹੀ ਵਾ ਸੱਚੇ ਗ੍ਰੇਟ ਰਾਈਟਰ ਵੀ। ਜੇ ਸ਼ਿਵ ਦਾ ਸ਼ਿਵ ਮੈਂ ਸਾਰਾ ਪੜ੍ਹਿਆ, ਜੇ ਸ਼ਿਵ ਤੋਂ ਉੱਤੇ ਮੈਂ ਕਹਿ ਸਕਦੀ ਹਾਂ ਤਾਂ ਅਨੂਪ ਵਿਰਕ ਅੱਜ ਨਹੀਂ ਰਿਹਾ ਸਾਡੇ ਵਿੱਚ, ਉਹਨੂੰ ਗੌਲੇ ਨਹੀਂ ਕਿਸੇ ਨੇ। ਸੋ ਇਹੋ ਜਿਹੇ ਕਲਾਕਾਰ ਜਿਹੜੇ ਜਿਉਂਦੇ ਆ ਹਜੇ, ਮੈਂ ਚਾਹੁੰਦੀ ਹਾਂ ਉਹਨਾਂ ਨੂੰ ਸਾਰੇ ਮਤਲਬ ਵਰਲਡਵਾਈਡ ਮੈਂ ਜਾਊਂਗੀ ਹੁਣ ਘੁੰਮੂੰਗੀ 2 ਮਹੀਨੇ, ਅਤੇ ਹੋਰ ਵੀ ਜਿੰਨੀਆਂ ਪੰਜਾਬ ਦੀਆਂ ਸੰਸਥਾਵਾਂ ਕੁਛ ਹੋਰ ਨਾਲ ਰਲਾ ਕੇ ਇਕੱਠੇ ਹੋ ਕੇ ਅਸੀਂ ਪੰਜਾਬ ਸ਼੍ਰੀ ਅਵਾਰਡ ਸ਼ੁਰੂ ਕਰ ਰਹੇ ਹਾਂ, ਉਹਦੇ ਨਾਲ ਸਨਮਾਨਿਤ ਕੀਤਾ ਜਾਵੇ ਕਲਾਕਾਰਾਂ ਨੂੰ। ਜਿਹੜੇ ਬਾਹਰਲੇ ਸਟੇਟਾਂ ਦੇ ਵੀ ਫਰਜ਼ ਕਰੇ ਆਉਂਦਾ ਆਵੇ ਵੈਲਕਮ, ਉਹਨਾਂ ਨੂੰ ਕਲਾ ਸ਼੍ਰੀ ਅਵਾਰਡ। ਜਿਹੜੇ ਗਰੀਬੀ ਨਾਲ ਜੂਝ ਰਹੇ ਨੇ ਕਲਾਕਾਰ ਅਸਲੀਅਤ ਦੇ ਵਿੱਚ, ਜਿਹੜਾ ਝੂਠਾ ਰੌਲਾ ਪਾਉਂਦੇ ਆ ਜਿਹਨਾਂ ਕੋਲ 50-50 ਕਰੋੜ ਦੀ ਪ੍ਰਾਪਰਟੀ ਹੈ, ਕੋਈ ਕਈ ਕਲਾਕਾਰ ਝੂਠਾ ਵੀ ਰੌਲਾ ਪਾਈ ਜਾਂਦੇ ਅਸੀਂ ਗਰੀਬ ਹੋ ਗਏ ਜੀ ਪੈਸੇ ਦੇ, ਜਿਹੜੇ ਅਸਲੀਅਤ 'ਚ ਜਿਹਨਾਂ ਕੋਲ ਘਰਦਾਰ ਕੁਛ ਨਹੀਂ ਉਹਨਾਂ ਦੀ ਵੀ ਅਸੀਂ ਮਦਦ ਕਰਨ ਦੀ ਫਾਈਨੈਂਸ਼ੀਅਲੀ ਕੋਸ਼ਿਸ਼ ਕਰਾਂਗੇ। ਤੁਸੀਂ ਨਾ ਹੁਣ ਇੱਕ ਕਲਾ ਦੀ ਗੱਲ ਕੀਤੀ ਅਤੇ ਪੰਜਾਬ ਦੀ ਗੱਲ ਕੀਤੀ ਆ, ਅਤੇ ਇਹ ਸਵਾਲ ਮੇਰਾ ਪੁੱਛਣਾ ਬਿਲਕੁਲ ਵਾਜਿਬ ਹੈ ਕਿ ਕਲਾ ਅਤੇ ਪੰਜਾਬ ਦੀ ਗੱਲ ਜੋ ਇਨਸਾਨ ਕਰਦਾ ਨਾ ਉਹਦੀ ਜ਼ਿੰਦਗੀ ਦੇ ਵਿੱਚ ਉਹ ਚੀਜ਼ਾਂ ਕਿਹੜੀਆਂ ਜੁੜੀਆਂ ਹੋਈਆਂ ਨੇ ਉਹਦੀ ਗੱਲ ਮੈਂ ਜ਼ਰੂਰ ਕਰਾਂ। ਕਲਾ ਦੇ ਖੇਤਰ 'ਚ ਜੇ ਗੱਲ ਕਰਾਂ ਤਾਂ ਅੱਜ ਜਿਹੜਾ CM ਹੈਗਾ ਉਹ ਆਪ ਇੱਕ ਕਲਾਕਾਰ ਰਿਹਾ ਹੈ ਨਾ, ਸ਼੍ਰੀ ਭਗਵੰਤ ਮਾਨ ਜੀ, ਹੈ ਨਾ, ਤਾਂ ਉਹਨਾਂ ਨਾਲ ਵੀ ਤੁਹਾਡਾ ਕਾਫ਼ੀ ਹੈ ਨਾ ਰਿਹਾ, ਕਾਫ਼ੀ ਤੁਹਾਡਾ ਉਹਨਾਂ ਨਾਲ ਤੁਸੀਂ ਮਿਲੇ ਹੋ, ਹੈ ਨਾ, ਕਾਫ਼ੀ ਤੁਸੀਂ ਕੰਮ ਕੀਤਾ ਇਕੱਠਿਆਂ ਨੇ, ਤਾਂ ਤੁਸੀਂ ਇਹ ਚੀਜ਼ ਕਿਤੇ ਨਾ ਕਿਤੇ ਐਕਸਪੈਕਟ ਕੀਤੀ ਆ ਜਾਂ ਉਮੀਦ ਕੀਤੀ ਹੈ ਕਿ ਉਹਨਾਂ ਵੱਲੋਂ ਵੀ ਇਸ ਤਰੀਕੇ ਦੀ ਸਪੋਰਟ ਮਿਲਣੀ ਆ, ਸਾਥ ਮਿਲਣਾ ਜ਼ਰੂਰੀ ਹੈ ਜਿਹੜਾ ਅੱਜ ਨਹੀਂ ਹੈਗਾ ਕਲਾਕਾਰੀ ਦੇ ਖੇਤਰ ਵਿੱਚ, ਤੁਸੀਂ ਇਹ ਚੀਜ਼ ਮਹਿਸੂਸ ਕਰਦੇ ਹੋ? ਵੇਖੋ ਬਾਕੀ ਖੇਤਰਾਂ 'ਚ ਤਾਂ ਭਗਵੰਤ ਵੀਰ ਹੀ ਹੈ ਮੇਰਾ ਛੋਟਾ, ਵਧੀਆ ਕਰ ਰਹੇ ਹੋ, ਹੀ ਇਜ਼ ਡੂਇੰਗ ਗੁੱਡ। ਉਹਦੇ ਦਿਲ 'ਚ ਪੰਜਾਬ ਲਈ ਦਰਦ ਹੈਗਾ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਬਟ ਮੈਂ ਵੇਖੋ ਮੈਂ ਵੀ ਬਿਜ਼ੀ ਹੁੰਦੀ ਹਾਂ, ਜੇ ਮੈਂ ਐਵੇਂ ਕਹਾਂ ਮੈਂ ਅਜੇ ਪੂਰੀ ਤਰ੍ਹਾਂ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ, ਬਟ ਹੁਣ ਮੈਂ ਇਹ ਕਿਉਂਕਿ ਪ੍ਰੋਗਰਾਮ ਆਪਾਂ ਤੈਅ ਕਰ ਲਿਆ ਨਾ ਜੀ, ਅਤੇ ਹੁਣ ਮੈਂ ਕੋਸ਼ਿਸ਼ ਕਰਾਂਗੀ ਮੈਂ ਭਗਵੰਤ ਵੀਰ ਨੂੰ ਮਿਲਾਂਗੀ ਵੀ CM ਸਾਹਿਬ, ਇੱਧਰ ਆਪਾਂ ਥੋੜ੍ਹਾ ਜਿਹਾ ਕਲਚਰ ਵੱਲ ਵੀ ਹੋਈਏ, ਐਂਡ ਮੈਨੂੰ ਪੂਰੀ ਆਸ ਹੈ ਕਿ ਉਹ ਜ਼ਰੂਰ ਸਾਡੀ ਮਦਦ ਕਰਨਗੇ ਅਤੇ ਸਾਡੇ ਨਾਲ ਸਹਿਯੋਗ ਦੇਣਗੇ, ਕਿਉਂਕਿ ਜਿਸ ਤਰ੍ਹਾਂ ਖੇਡਾਂ ਵਤਨ ਦੀਆਂ ਪੰਜਾਬ ਕਰਾ ਰਹੇ ਨੇ ਬਹੁਤ ਅੱਛਾ ਲੱਗਦਾ, ਇਸੇ ਤਰ੍ਹਾਂ ਕਲਾਕਾਰਾਂ ਨੂੰ ਵੀ ਦੇ ਨੀਡ ਟੂ ਬੀ ਪ੍ਰਮੋਟਿਡ ਇਨ ਦਾ ਫੀਲਡ ਆਫ ਆਰਟ ਐਂਡ ਕਲਚਰ ਆਲਸੋ। ਮੈਂ ਨਾ ਸੋਰੀ ਥੋੜ੍ਹਾ ਮੈਂ ਪਿਛਲੇ ਕੁਸ਼ਚਨ 'ਚ ਇੱਕ ਮੇਰਾ ਤੁਸੀਂ ਨਾ ਗੱਲ ਕਹੀ ਸੀਗੀ ਰੱਖੜੀ ਵਾਲੀ, ਤਾਂ ਮੈਂ ਰੱਖੜੀ 'ਚ ਪਤਾ ਨਹੀਂ ਸਵਾਲ ਪੁੱਛਣਾ ਮੇਰਾ ਜਾਇਜ਼ ਹੈ ਕਿ ਨਹੀਂ ਹੈਗਾ, ਮੈਂ ਪੁੱਛਣਾ ਚਾਹੁੰਦਾ ਕਿ ਲੋਕ ਬੜਾ ਸੁਣਨਾ ਚਾਹੁੰਦੇ ਆ ਇਸ ਚੀਜ਼ ਨੂੰ ਕਿ ਜਦੋਂ ਤੁਸੀਂ ਰੱਖੜੀ ਬੰਨ੍ਹਦੇ ਸੀਗੇ ਕੁਲਦੀਪ ਮਾਨਕ ਕੋਲੋਂ ਭਰਾ ਦੇ ਕੋਲ ਇੱਕ ਭੈਣ ਨੂੰ ਕਿੰਨੇ ਪੈਸੇ ਮਿਲੇ ਸੀਗੇ ਉਹ ਰੱਖੜੀ 'ਤੇ, ਤਾਂ ਮੈਂ ਜਾਣਨਾ ਚਾਹੂੰਗਾ ਜ਼ਰੂਰ। ਦੱਸੋ ਕੁਲਦੀਪ ਮਾਨਕ ਦੀ ਤਾਂ ਤੁਸੀਂ ਗੱਲ ਹੀ ਛੱਡ ਦਿਓ, ਉਹ ਮੈਨੂੰ ਇੱਕ ਵਾਰੀ ਮੈਂ ਲੁਧਿਆਣੇ ਜਾ ਰਹੀ ਸੀ ਅਤੇ ਕੋਰਟ ਕੋਲ ਉਹਦੀ ਗੱਡੀ ਅੱਗੇ ਸੀ, ਮੇਰੀ ਗੱਡੀ ਪਿੱਛੇ ਸੀਗੀ, ਮੈਂ ਕਿਹਾ ਬਾਈ ਆ ਗਿਆ, ਬਾਈ ਮਾਨਕ ਰੋਕ ਲਓ, ਉਹਨੇ ਗੱਡੀ ਰੋਕ ਲਈ ਤਾਂ ਮੇਰੀ ਗੱਡੀ 'ਚ ਬਹਿ ਗਿਆ। ਮੈਂ ਕਿਹਾ ਬਾਈ ਮੈਂ ਕਿਤੇ ਜਾਣਾ ਕੰਮ, ਮੈਨੂੰ ਨਹੀਂ ਪੁੱਛਿਆ ਉਹਨੇ, ਚੱਲ ਬਈ ਘਰੇ ਜਾਣਾ ਕੁੜੀ ਨੇ, ਉਹ ਮੇਰੀ ਡਰਾਈਵਰ ਨੂੰ ਕਹਿੰਦਾ ਚੱਲ ਮਗਰ ਲਾਓ ਗੱਡੀ ਘਰੇ ਜਾਵਾਂਗੇ, ਭੈਣ ਮੈਂ ਘਰੇ ਚਲੀ ਗਈ, ਤੈਨੂੰ ਪਤਾ ਨਹੀਂ ਤੈਨੂੰ ਰੱਖੜੀ 'ਤੇ ਪੈਸੇ ਦੇਣੇ, ਉਹ ਆਪਦੀ ਘਰ ਵਾਲੀ ਨੂੰ ਕਹਿੰਦਾ ਸੂਟ ਲਿਆ ਕੱਢ ਕੇ ਕਿਹੜਾ ਚੰਗਾ ਤੇਰੇ ਕੋਲ, ਉਹ ਵਿਚਾਰੀ 10 ਸੂਟ ਕੱਢੀ ਆਵੇ, ਭੈਣੇ ਤੈਨੂੰ ਕਿਹੜਾ ਚੰਗਾ, ਮੈਂ ਕਿਹਾ ਵੀ ਮੈਂ ਵੀ ਸੂਟ ਲੈਣ ਨਹੀਂ ਆਈ, ਵੀ ਪਲੀਜ਼ ਤੁਸੀਂ ਸਾਰੇ ਰੱਖ ਦਿਓ ਗੱਡੀ 'ਚ, ਇਹ ਫੈਸ਼ਨ ਬਹੁਤ ਕਰਦੀ ਇਹਨੂੰ, ਜਿਹੜਾ ਪਸੰਦ ਆਇਆ ਉਹ ਪਾ ਲੂਗੀ, ਹੈਂ, ਮਤਲਬ ਉਹਨੂੰ ਐਂ ਹੁੰਦਾ ਸੀ ਵੀ ਸਾਰਾ ਕੁਛ ਹੀ ਦੇ ਦਿਓ। ਅਤੇ ਪੁਰਾਣੇ ਕਲਾਕਾਰਾਂ ਦੀ ਨੀਤਾਂ ਰੱਜੀਆਂ ਹੋਈਆਂ ਸੀ, ਰੱਜੀਆਂ ਰੂਹਾਂ ਹੁੰਦੀਆਂ ਸੀਗੀਆਂ, ਸ਼ਿੰਦੇ ਵਰਗੇ ਦੀਆਂ, ਮਾਨਕ ਵਰਗਿਆਂ ਦੀਆਂ, ਵਿਚਾਰਿਆਂ ਦੀਆਂ, ਪਰਮਿੰਦਰ ਸੰਧੂ ਵੀ ਮਰ ਗਈ ਵਿਚਾਰੀ, ਜਿੰਨੇ ਪੈਸੇ ਦੇਣੇ ਉਹਨਾਂ ਨਾਲ ਉਹਨਾਂ ਨੇ ਸਬਰ ਸੰਤੋਖ ਕਰ ਲੈਣਾ, ਹਨ ਨਹੀਂ ਰਹੇ ਸਾਡੇ ਵਿੱਚ, ਬਟ ਅੱਜ ਕੱਲ੍ਹ ਦੇ ਗਾਇਕਾਂ 'ਚ ਬਹੁਤ ਫਰਕ ਹੈ, ਅਗਲਿਆਂ 'ਚ ਮੈਂ ਬਹੁਤ ਆ ਗਈ, ਮੈਂ ਹਕਾਰ ਬਹੁਤ ਆ ਗਿਆ, ਜਾਣੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਜਹਾਜ਼ ਆ ਜਿਹੜਾ ਤਾਂ ਉੱਡਦਾ ਨਾ ਜਦੋਂ, ਤਾਂ ਉਹਦੀ ਗਤੀ ਕਿੱਥੇ ਹੁੰਦੀ ਹੈ ਥੱਲੇ ਜਦੋਂ ਜ਼ਮੀਨ ਨਾਲ ਲੱਗਦਾ,
ਵੀ ਜੜ੍ਹਾਂ ਨਾਲ ਜੁੜੇ ਰਹੋਗੇ ਬੱਚੇ ਉਹ ਚੰਗੇ ਰਹੋਗੇ। ਕਾਹਦਾ ਹਕਾਰ ਹੈ ਪੈਸੇ ਦਾ, ਖਾਣੀਆਂ ਤਾਂ ਦੋ ਰੋਟੀਆਂ ਹੀ ਆ, ਕੋਈ ਸੋਨੇ ਦੀ ਤਾਂ ਖਾਂਦਾ ਨਹੀਂ, ਕਣਕ ਦੀਆਂ ਹੀ ਖਾਂਦੇ ਆਪਾਂ। ਸੋ ਸਾਨੂੰ ਸਾਡਾ ਅਖਲਾਕੀ ਫਰਜ਼ ਹੈ ਵੀ ਜਿਹੜੇ ਆਪਾਂ 4 ਪੈਸੇ ਕਮਾ ਲਏ, ਆਪਾਂ ਜਿਹੜੇ ਆਪਣੇ ਸਾਥੀ ਕਲਾਕਾਰ ਨੇ ਗਰੀਬ ਨੇ ਵਿਚਾਰੇ ਉਹਨਾਂ ਨੂੰ ਵੀ ਅੱਗੇ ਲੈ ਕੇ ਆਈਏ। ਅਤੇ ਇੱਕ ਪ੍ਰੋਪਰ ਯੂਨੀਅਨ ਬਣਨੀ ਕਲਾਕਾਰਾਂ ਦੀ ਬਹੁਤ ਜ਼ਰੂਰੀ ਹੈ, ਹਜੇ ਤੱਕ ਕੋਈ ਯੂਨੀਅਨ ਨਹੀਂ ਕਲਾਕਾਰਾਂ ਦੀ। ਫਿਲਮ ਐਸੋਸੀਏਸ਼ਨ ਵਾਲਿਆਂ ਨੂੰ ਤਾਂ ਹੀ ਮੈਂ ਨਾਲ ਰੱਖਿਆ ਵੀ, ਉਹਨਾਂ ਨੇ ਐਸੋਸੀਏਸ਼ਨ ਬਣਾ ਲਈ, ਬਟ ਆਈ ਐਮ ਸੋਰੀ ਟੂ ਸੇ ਸਾਡੀ ਕਲਾਕਾਰਾਂ ਦੀ ਕੋਈ ਯੂਨੀਅਨ ਨਹੀਂ ਹਜੇ ਤੱਕ। 10 ਕੁ ਕਲਾਕਾਰ ਇਕੱਠੇ ਹੋ ਕੇ ਕਹਿ ਦਿੰਦੇ ਸਾਡਾ ਇੰਟਰਨੈਸ਼ਨਲ ਮੈਂ ਪ੍ਰਧਾਨ ਬਣ ਗਿਆ, 10 ਕੁ ਹੋਰ ਇਕੱਠਾ ਹੋ ਕੇ ਕਹਿੰਦੇ ਹੁਣ ਆਹ ਪ੍ਰਧਾਨ ਹੈ, ਬਟ ਪ੍ਰੋਪਰ ਹਜੇ ਤੱਕ ਕਲਾਕਾਰਾਂ ਦੀ ਕੋਈ ਯੂਨੀਅਨ ਨਹੀਂ ਪੰਜਾਬ 'ਚ। ਮੈਨੂੰ ਨਾ ਇੱਕ ਚੀਜ਼ ਹੋਰ ਦੱਸਿਓ ਮੈਮ, ਵੀ ਜਿਵੇਂ ਜਿਵੇਂ ਸਮਾਂ ਅੱਗੇ ਵੱਧਦਾ ਆ, ਜਿਹੜੇ ਰਿਸ਼ਤੇ ਭੈਣ ਭਰਾ ਦੇ ਪਹਿਲਾਂ ਬਣਦੇ ਸੀਗੇ, ਜਿਵੇਂ ਹੁਣ ਹੈ ਨਾ ਵੀ ਤੁਸੀਂ ਜਿਹੜੀ ਜਿਹੜਾ ਕੁੱਖੋਂ ਨਹੀਂ ਜੰਮਦਾ ਹੈਗਾ ਨਾ, ਤਾਂ ਉਹ 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 ਰਿਸ਼ਤੇ ਉਹਨੂੰ ਇੱਕ ਭੈਣ ਵਜੋਂ ਮੰਨਣਾ ਜਾਂ ਇੱਕ ਭਰਾ ਵਜੋਂ ਮੰਨਣਾ, ਇਹ ਚੀਜ਼ਾਂ ਜੋ ਪਹਿਲਾਂ ਚੱਲਦੀ ਸੀਗੀ, ਅੱਜ ਕਿਤੇ ਨਾ ਕਿਤੇ ਉਸ ਚੀਜ਼ ਦੀ ਘਾਟ ਹੈ। ਲੋਕ ਰਿਸ਼ਤੇ ਬਣਾਉਣਾ ਨਹੀਂ ਚਾਹੁੰਦੇ, ਕਹਿੰਦੇ ਆ ਜਿਹੜੇ ਜਿਹੜੇ ਕੁੱਖੋਂ ਜੰਮਿਆ ਹੈਗਾ ਉਹੀ ਸਾਡੀ ਅਸਲ 'ਚ ਭੈਣ ਆ, ਹੋਰ ਆਪਾਂ ਕਿਤੇ ਵੱਧ ਆਪਾਂ ਕਿਸੇ ਨੂੰ ਭੈਣ ਨਹੀਂ ਬਣਾਉਣੇ ਕਿਤੇ ਵੀ। ਪਹਿਲਾਂ ਜਿਵੇਂ ਹੁਣ ਤੁਸੀਂ ਐਗਜ਼ਾਮਪਲ ਦੇ ਰਹੇ ਹੋ ਹੈ ਨਾ, ਕਿੰਨੇ ਤੁਸੀਂ ਜਿਵੇਂ ਕਿਹਾ ਕਿ ਉਹ ਸਾਰੇ ਭਰਾ ਕਿਵੇਂ ਕੋਪਰੇਟ ਕਰਦੇ ਸੀ ਹੈ ਨਾ, ਉਹ ਕਿੰਨਾ ਭੈਣ ਵਾਸਤੇ ਕਰਦੇ ਸੀਗੇ, ਜਦਕਿ ਇਹ ਰਿਸ਼ਤਾ ਕੋਈ ਜਨਮ ਦਾ ਨਹੀਂ ਸੀਗਾ, ਇਹ ਬਣਿਆ ਰਿਸ਼ਤਾ। ਤਾਂ ਇਹ ਚੀਜ਼ ਦੇ ਕਿਤੇ ਨਾ ਕਿਤੇ ਮੰਨਦੇ ਹੋ ਉਸਦੀ ਘਾਟ ਹੈ? ਮੈਂ ਤਾਂ ਹਮੇਸ਼ਾ ਹੀ ਕਹਿੰਦੀ ਹਾਂ ਵੀ ਜਿਹੜੇ ਰਿਸ਼ਤੇ ਸਭ ਤੋਂ ਵੱਡਾ ਅਤੇ ਸੱਚਾ ਪਾਕ ਪਵਿੱਤਰ ਰਿਸ਼ਤਾ ਹੁੰਦਾ ਪਿਆਰ ਦਾ, ਜਿਹੜੇ ਪਿਆਰ ਦੇ ਰਿਸ਼ਤੇ ਨੇ। ਖੂਨ ਦੇ ਰਿਸ਼ਤੇ ਤਾਂ ਲੜ ਲੜ ਮਰੀ ਜਾਂਦੇ ਨੇ, ਜ਼ਮੀਨਾਂ ਪਿੱਛੇ ਭੈਣ ਭਰਾਵਾਂ ਨਾਲ ਜ਼ਮੀਨਾਂ ਪਿੱਛੇ ਲੜ ਲੜ ਮਰੀ ਜਾਂਦੇ ਨੇ। ਜਿਹੜੇ ਇਹ ਰਿਸ਼ਤੇ ਨੇ ਨਾ, ਜਿਹੜੇ ਮੇਰੇ ਤਾਂ ਬਹੁਤ ਰਿਸ਼ਤੇ ਨੇ, ਖੂਬਸੂਰਤ ਰਿਸ਼ਤੇ ਨੇ, ਪੰਮੀ ਬਾਈ ਹੋ ਗਿਆ ਸਾਰੇ, ਮਤਲਬ ਇੰਨਾ ਕੁ ਸੋਹਣਾ ਰਿਸ਼ਤਾ, ਇਹਦੇ 'ਚ ਕੋਈ ਲਾਲਚ ਨਹੀਂ, ਕੋਈ ਕਿਸੇ ਦਾ ਕਿਸੇ ਤਰ੍ਹਾਂ ਦੀ ਕੋਈ ਮੈਂ ਐਕਸਪੈਕਟ ਨਹੀਂ ਕੀਤਾ ਵੀ ਮੈਂ ਰੱਖੜੀ ਬੰਨ੍ਹਦੀ ਹਾਂ ਜੀ ਮੈਨੂੰ ਇੰਨਾ ਦੇਣ ਮੇਰੇ ਭਰਾ। ਜਾਣੀ ਸਭ ਤੋਂ ਵਧੀਆ ਰਿਸ਼ਤਾ ਇਹ ਜਿਹੜਾ ਪਿਆਰ ਦਾ ਰਿਸ਼ਤਾ, ਭਾਵੇਂ ਕਿਤੇ ਵੀ ਹੋਵੇ, ਭਾਵੇਂ ਆਪਣਾ ਕਿਸੇ ਉਸਤਾਦ ਨਾਲ ਵੀ ਹੋ ਸਕਦਾ ਕਿਸੇ ਨੇ, ਕਿਉਂਕਿ ਇਹਦੇ 'ਚ ਲਾਲਚ ਨਹੀਂ ਹੁੰਦਾ। ਸੋ ਪਿਆਰ ਦਾ ਰਿਸ਼ਤਾ ਜਿੰਦਾਬਾਦ, ਖੂਨ ਦੇ ਰਿਸ਼ਤਿਆਂ ਨਾਲੋਂ ਕਿਤੇ ਵੱਧ ਪਿਆਰ ਦਾ ਰਿਸ਼ਤਾ। ਹੁਣ ਮੈਂ ਥੋੜ੍ਹਾ ਜਿਹਾ ਮੁੱਦਾ ਹੁਣ ਦੂਸਰੀ ਸਾਈਡ ਲੈ ਕੇ ਆਉਣਾ ਚਾਹੂੰਗਾ, ਕਿਸਾਨੀ ਜਿਹੜਾ ਅੰਦੋਲਨ ਸੀ ਹੁਣ ਸਾਰਾ, ਤੁਸੀਂ ਐਕਸਪੀਰੀਅੰਸ ਕੀਤਾ ਸੀਗਾ? ਨਹੀਂ, ਮੈਂ ਕਿਸਾਨੀ ਅੰਦੋਲਨ 'ਚ ਨਹੀਂ ਇਨਵੋਲਵ ਹੋਈ ਸੀ ਉਸ ਟਾਈਮ 'ਚ, ਮੇਰਾ ਖਿਆਲ ਮੈਂ ਆਈ ਵਾਜ਼ ਆਊਟ ਆਫ ਇੰਡੀਆ, ਕਿਉਂਕਿ ਮੇਰਾ ਪਤਾ ਸੀਗਾ ਸਾਰਾ ਵੀ ਕੀ ਹੋ ਰਿਹਾ, ਕੀ ਸਾਰਾ ਪਤਾ ਹੀ ਸੀਗਾ, ਉਹ ਤਾਂ ਸਾਰੇ ਪੜ੍ਹਦੇ ਅਖਬਾਰਾਂ 'ਚ ਕੀ ਹੋ ਰਿਹਾ ਸੀ, ਉਹ ਤਾਂ ਆਪਾਂ ਨੂੰ ਪਤਾ ਹੀ ਹੈ। ਹਾਂ, ਇਹ ਗੱਲ ਮੈਂ ਤੁਹਾਨੂੰ ਤਾਂ ਪੁੱਛ ਰਿਹਾ ਵਾਂ ਕਿਉਂਕਿ ਰੀਸੈਂਟਲੀ ਬਹੁਤ ਸਾਰੀ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਜਿਹੜੀਆਂ ਕਿ ਮੈਨੂੰ ਐਂ ਹੈ ਕਿ ਕੋਈ ਕੋਈ ਪਰਟੀਕੁਲਰ ਪਰਸਨ ਹੁੰਦਾ ਜਿਹੜਾ ਇਸ ਚੀਜ਼ 'ਤੇ ਖੁੱਲ੍ਹ ਕੇ ਗੱਲ ਕਰ ਪਾਏ, ਤਾਂ ਮੈਨੂੰ ਤੁਹਾਡੇ ਕੋਲੋਂ ਇਹ ਫੀਲ ਹੋਇਆ ਵੀ ਚਲੋ ਮੈਂ ਤੁਹਾਨੂੰ ਇਹ ਸਵਾਲ ਪੁੱਛ ਸਕਦਾ, ਮੈਂ ਤੁਹਾਨੂੰ ਤਾਂ ਇਹ ਸਵਾਲ ਪੁੱਛ ਰਿਹਾ ਵੀ ਰੀਸੈਂਟਲੀ ਨਾ ਕਾਫੀ ਸਾਰੀ ਕੰਟਰੋਵਰਸੀਜ਼, ਕਾਫੀ ਸਾਰੀ ਚੀਜ਼ਾਂ ਸਾਹਮਣੇ ਆਉਂਦੀਆਂ ਨੇ, ਉਹ ਆਉਂਦੀਆਂ ਵੀ ਇੱਕੋ ਕੁੜੀ ਵੱਲੋਂ ਨੇ, ਕੰਗਣਾ ਵੱਲੋਂ, ਹੈ ਨਾ, ਬਟ ਉਹ ਜਿੱਦਾਂ ਡਾਇਰੈਕਟ ਕਹਿੰਦੇ ਨੇ ਉਹ ਲੋਕਾਂ ਨੂੰ ਬਹੁਤ ਚੁੱਭਦਾ, ਸਪੈਸ਼ਲੀ ਫਾਰਮਰਸ ਨੂੰ ਲੈ ਕੇ, ਸਪੈਸ਼ਲੀ ਪੰਜਾਬ ਨੂੰ ਲੈ ਕੇ, ਕਿਉਂਕਿ ਭਾਵੇਂ ਤੁਸੀਂ, ਕਿਉਂਕਿ ਹੁਣ ਇੱਕ ਨਵਾਂ ਜਿਹੜਾ ਬਿਆਨ ਸੀਗਾ ਹੈ ਨਾ ਵੀ ਉੱਥੇ ਰੇਪ ਹੋਇਆ, ਵੀ ਇਹ ਚੀਜ਼ਾਂ ਬਹੁਤ ਵੱਡੀਆਂ ਨੇ, ਜਦਕਿ ਕਿਸੇ ਵੀ ਹਰ ਇੱਕ ਪੰਜਾਬੀ ਨੂੰ ਜਿਹੜਾ ਇੱਥੇ ਰਹਿ ਰਿਹਾ ਪੰਜਾਬ 'ਚ, ਉਹਨੂੰ ਹਰ ਇੱਕ ਇਨਸਾਨ ਨੂੰ ਬਹੁਤ ਹਰਟ ਕਰਦੀਆਂ ਨੇ, ਭਾਵੇਂ ਉਹ ਕੋਈ ਉੱਥੇ ਹੋਵੇ ਭਾਵੇਂ ਨਾ ਹੋਵੇ। ਤਾਂ ਬੀਇੰਗ ਵੂਮੈਨ ਤੁਸੀਂ ਇਹ ਚੀਜ਼ ਫੀਲ ਕਰਦੇ ਹੋ ਕਿ ਕਿਸੇ ਔਰਤ ਵੱਲੋਂ ਇੱਦਾਂ ਦੇ ਇਨਸਾਨਾਂ ਵੱਲੋਂ ਇਹਨਾਂ ਚੀਜ਼ਾਂ ਬਾਰੇ ਬੋਲਣਾ ਲੋਕਾਂ ਨੂੰ ਹਰਟ ਕਰਨਾ ਸਹੀ? ਦੇਖੋ, ਮੈਂ ਉਹੀ ਕਹਿ ਰਹੀ ਹਾਂ ਵੀ ਆਪਣੇ ਇਕੱਲੇ ਪੰਜਾਬ 'ਚ ਨਹੀਂ, ਸੰਸਕਾਰਾਂ ਦੀ ਬਹੁਤ ਕਮੀ ਹੈ। ਜਿਹੜੇ ਮੇਰੀ ਬੇਟੀ ਹੈ, ਮੇਰੀ ਬੇਟੀ ਐਂ ਨਹੀਂ ਬੋਲ ਸਕਦੀ, ਕਿਉਂਕਿ ਜੇ ਆਪਾਂ ਵੱਡੇ ਸਿਖਾਵਾਂਗੇ ਕਿਸੇ ਵੀ ਫੀਲਡ ਦੇ ਵਿੱਚ, ਜਿਹੜੀ ਵੀ ਔਰਤ ਆਉਂਦੀ ਹੈ ਨਾ, ਉਹਦੇ 'ਚ ਨੰਬਰ 1 ਔਰਤਪਣ ਹੋਣਾ ਬਹੁਤ ਜ਼ਰੂਰੀ ਹੈ। ਸਾਨੂੰ ਵੇਖੋ, ਸਾਡਾ ਪੰਜਾਬ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ, ਦੇਸ਼ ਦੀ ਆਜ਼ਾਦੀ 'ਚ ਜਿੰਨੀਆਂ ਕੁਰਬਾਨੀਆਂ ਪੰਜਾਬ 'ਚ ਹੋਈਆਂ ਕਿਸੇ ਹੋਰ ਸਟੇਟ 'ਚ ਨਹੀਂ ਹੋਈਆਂ। ਹਰ ਇੱਕ ਨੂੰ ਆਪਣੇ ਹੱਕ ਰੱਖਣ ਦਾ ਅਧਿਕਾਰ ਹੈ ਸਾਡੇ ਡੈਮੋਕ੍ਰੇਸੀ 'ਚ, ਕੰਟਰੀ 'ਚ। ਉਹ ਕਿਸਾਨ ਬਿਹਾਰ ਦੇ ਵੀ ਹੋ ਸਕਦੇ ਨੇ, ਉਹ ਰਾਜਸਥਾਨ ਦੇ ਵੀ ਹੋ ਸਕਦੇ ਨੇ, ਕਸ਼ਮੀਰ ਦੇ ਵੀ, ਸਾਡੇ ਵੀ ਕਿਸਾਨ ਹੋ ਸਕਦੇ ਨੇ। ਸਾਡੇ ਕਿਸਾਨੀ ਅੰਦੋਲਨ 'ਚ ਕੋਈ ਰੇਪ ਰੂਪ ਵਾਲੀ ਕੋਈ ਇਹੋ ਜਿਹੀ ਘਟਨਾ ਨਹੀਂ, ਸਾਡੇ ਪੰਜਾਬੀ ਇੰਨੇ ਮਾੜੇ ਨਹੀਂ ਹੈਗੇ ਵੀ ਉੱਥੇ ਕਿਸਾਨ ਅੰਦੋਲਨ ਦੇ ਵਿੱਚ ਕੋਈ ਇਹੋ ਜਿਹਾ ਹੋਇਆ ਹੋਊਗਾ। ਇਹ ਆਈ ਡੂ ਐਗਰੀ,
ਮੈਂ ਕਿਸਾਨਾਂ ਦਾ ਵੀ ਸਤਿਕਾਰ ਕਰਦੀ ਹਾਂ। ਐਟ ਦਾ ਸੇਮ ਟਾਈਮ ਕੰਗਣਾ ਰਣੌਤ ਬਾਰੇ ਮੈਨੂੰ ਸਾਰੇ ਚੈਨਲਾਂ ਨੇ ਪੁੱਛਿਆ। ਇਹ ਵੇਖੋ ਉਹਦੀ ਨਿੱਜੀ ਕਈ ਆਦਤ ਹੁੰਦੀ, ਇੱਕ ਫੈਮਿਲੀ ਦੇ ਵਿੱਚ ਕੋਈ ਬੜਬੋਲਾ ਹੁੰਦਾ, ਕੋਈ ਕਿਹੋ ਜਿਹਾ ਹੁੰਦਾ, ਕੋਈ ਕਿਹੋ ਜਿਹਾ ਹੁੰਦਾ, ਹੈ ਨਾ। ਬਟ ਉਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਫਿਰ ਉਹਨੂੰ, ਜੇ ਇੱਕ ਬੰਦਾ ਗਲਤ ਬੋਲਦਾ ਤੁਸੀਂ ਉਹਦੇ ਉੱਤੇ, ਜੇ ਫਿਰ ਤਾਂ ਆਪਾਂ ਵੀ ਉਹਦੇ ਵਰਗੇ ਹੋ ਗਏ। ਹੁਣ ਸਿਮਰਨਜੀਤ ਮਾਨ ਨੇ ਜਿਹੜਾ ਕਹਿੰਦਾ ਵੀ ਉਹਨੂੰ ਤਾਂ, ਇਹ ਵੀ ਗਲਤ ਗੱਲ ਨਾ ਸਿਮਰਨ, ਆਪਾਂ ਵੱਡੀ ਉਮਰ ਦੇ ਹੋ ਗਏ, ਸਾਡੀ ਬੇਟੀਆਂ ਵਰਗੀ ਹੈ, ਮੇਰੀ ਛੋਟੀਆਂ ਭੈਣਾਂ ਵਰਗੀ ਹੈ, ਵੀ ਜੇ ਕੋਈ ਬੱਚਾ ਸੀ ਉਹਨੂੰ ਪਿਆਰ ਨਾਲ ਕੋਸ਼ਿਸ਼ ਕਰੋ, ਪਿਆਰ ਨਾਲ ਸਮਝਾਉਣ ਦੀ, ਨਾ ਉਹਨੂੰ ਬੀਜੇਪੀ ਨੇ ਸਿਖਾਇਆ ਵੀ ਤੂੰ ਐਂ ਕਹਿ, ਇਹ ਤਾਂ ਗਲਤ ਗੱਲਾਂ ਨੇ ਨਾ। ਇਹ ਪੋਲੀਟਿਕਸ ਦੇ ਵਿੱਚ ਨਹੀਂ ਲਿਜਾਣੀ ਚਾਹੀਦੀ ਗੱਲ, ਕਈ ਹਰ ਪਾਰਟੀ ਦੇ ਵਿੱਚ ਕੋਈ ਇਹੋ ਜਿਹਾ ਬੰਦਾ ਹੈਗਾ ਜਿਹੜਾ ਬੋਲਦਾ ਆਊਟ ਸਪੋਕਨ। ਕਾਂਗਰਸ 'ਚ ਵੀ ਹੈਗੇ, ਅਕਾਲੀਆਂ 'ਚ ਵੀ ਹੈਗੇ, ਜਿਨ੍ਹਾਂ ਨੂੰ ਪਤਾ ਹੀ ਨਹੀਂ ਕੀ ਬੋਲਣਾ। ਇਹ ਤਾਂ ਮਤਲਬ ਇਹ ਥੋੜ੍ਹਾ ਵੀ ਅਕਾਲੀਆਂ ਨੇ ਚੱਕਿਆ ਜਾਂ ਕਾਂਗਰਸ ਨੇ ਚੱਕਿਆ ਜਾਂ ਕਿਸੇ ਪਾਰਟੀ ਨੇ ਚੱਕਿਆ। ਸੋ ਔਰਤਾਂ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰੂੰਗੀ ਵੀ ਤੁਸੀਂ ਕਿਸੇ ਵੀ ਖੇਤਰ 'ਚ ਚਲੀਆਂ ਜਾਓ, ਥੋੜ੍ਹਾ ਜਿਹਾ ਨਾ ਆਪਣੀ ਜ਼ਬਾਨ 'ਤੇ ਅਤੇ ਆਪਣੀ ਸੋਚ 'ਤੇ ਅਤੇ ਕਿਸੇ ਫਿਰਕੇ ਦੇ ਪ੍ਰਤੀ, ਕੋਈ ਵੀ ਹਿੰਦੂ ਮੁਸਲਿਮ ਸਿੱਖ ਇਸਾਈ, ਵੀ ਆਰ ਵਨ, ਤੁਸੀਂ ਲੈਬਾਰਟਰੀ 'ਚ ਚਲੇ ਜਾਓ ਯਾਰ, 10 ਜਣੇ ਚਲੇ ਜਾਓ ਲੈਬਾਰਟਰੀ 'ਚ, ਬਲੱਡ ਦੇ ਦਿਓ, ਉਹ ਦੱਸ ਕੇ ਦੇਣ ਵੀ ਇਹ ਹਿੰਦੂ ਦਾ, ਸਿੱਖ ਦਾ, ਕਿ ਪੰਜਾਬ ਦਾ, ਕਿ ਹਰਿਆਣੇ ਦਾ, ਕਿ ਕਿਹੜੇ ਦਾ। ਅਸੀਂ ਇੱਕ ਹਾਂ, ਅਸੀਂ ਸਾਰਾ ਕੰਟਰੀ ਇੱਕ ਹਾਂ, ਸਾਨੂੰ ਕੰਟਰੀ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਕੋਈ ਵੀ ਵੂਮੈਨ ਜਿਹੜੀ ਚੰਗੇ ਫੀਲਡ 'ਚ ਆ ਜੇ, ਸੁੱਖੀ ਬਰਾੜ ਗਾਇਕੀ 'ਚ, ਚਲੋ ਮੈਨੂੰ ਚਾਰ ਲੋਕ ਜਾਣਦੇ ਨੇ, ਇਹਦਾ ਮਤਲਬ ਇਹ ਨਹੀਂ ਵੀ ਮੈਂ, ਮਤਲਬ ਮੈਂ ਜੋ ਜੇ ਦਿਲ 'ਚ ਆਇਆ ਮੈਂ ਲੋਕਾਂ ਨੂੰ ਗਾਲਾਂ ਕੱਢਣ ਲੱਗ ਜਾਂ ਪਾਪੂਲੈਰਿਟੀ ਲੈਣ ਦੀ ਵਾਰੀ ਨਾ। ਪਾਪੂਲੈਰਿਟੀ ਲੈਣੀ, ਲੋਕਾਂ ਦੇ ਦਿਲਾਂ 'ਚ ਵੱਸੋ, ਕੰਮ ਕਰੋ। ਕੰਗਣਾ ਜੀ, ਤੁਸੀਂ MP ਬਣੇ ਹੋ, ਤੁਸੀਂ ਆਪਦੇ ਇਲਾਕੇ 'ਚ ਦੇਖੋ ਜਾ ਕੇ, ਸੰਸਕਾਰਾਂ ਦਾ ਪ੍ਰਚਾਰ ਕਰੋ, ਇੱਕ ਸੰਸਕਾਰੀ ਕੁੜੀ ਬਣੋ, ਸਿਆਣੇ ਹੋ ਤੁਸੀਂ, ਇੱਥੇ ਤੱਕ ਪਹੁੰਚਿਓ। ਤੁਹਾਡੀ ਕਲਾ ਦੀ ਮੈਂ ਵੀ ਫੈਨ ਹਾਂ, ਬਹੁਤ ਵਧੀਆ, ਸ਼ੀ ਇਜ਼ ਅ ਵੈਰੀ ਗੁੱਡ ਆਰਟਿਸਟ। ਮੈਨੂੰ ਨਹੀਂ ਪਤਾ ਵੀ ਕਿਹੜੀ ਫਿਲਮ ਜਿਹੜੀ ਹੁਣ ਆਈ ਹੈ, ਮੈਂ ਹਜੇ ਟ੍ਰੇਲਰ ਨਹੀਂ ਦੇਖਿਆ, ਬਟ ਕਲਾਕਾਰੀ ਦੇ ਨਾਲ ਨਾਲ ਆਪਣੀ ਜ਼ਿੰਦਗੀ 'ਚ ਵੀ ਕਲਾਕਾਰੀ ਸਿੱਖੋ ਕਿ ਤੁਸੀਂ ਲੋਕਾਂ 'ਚ ਕਿਵੇਂ ਵਿਚਰਨਾ, ਕਿੰਨਾ ਕੁ ਬੋਲਣਾ, ਕੀ ਬੋਲਣਾ, ਥੋੜ੍ਹਾ ਜਿਹਾ ਸੋਚ ਸਮਝ ਕੇ ਹਰ ਔਰਤ ਨੂੰ ਚੱਲਣਾ ਚਾਹੀਦਾ। ਇਹਦੇ ਨਾਲ ਰਿਲੇਟ ਕਰਦਾ ਮੈਨੂੰ ਇਹ ਆ ਕਿ ਕਿਆ ਇੱਦਾਂ ਦੇ ਲੋਕ ਡਿਜ਼ਰਵ ਕਰਦੇ ਨੇ ਬੀਇੰਗ ਅ ਪੋਲੀਟੀਸ਼ੀਅਨ, ਅੱਛੇ ਲੈਵਲ ਦਾ ਬਣਾਈ ਉਹਨੂੰ MP ਬਣਨਾ? ਕਿਉਂਕਿ ਜਦੋਂ, ਕਿਉਂਕਿ ਨਾ ਇੱਕੋ ਇਨਸਾਨ ਨੂੰ ਲੈ ਕੇ ਬਹੁਤ ਸ਼ਿਕਾਇਤਾਂ ਨੇ, ਇਹ ਸ਼ਿਕਾਇਤਾਂ ਹਰ ਇੱਕ ਦੇ ਦਿਲ 'ਚ ਨੇ, ਸਪੈਸ਼ਲੀ ਪੰਜਾਬੀਆਂ ਦੇ। ਉਹ ਹੈ ਵੀ ਕੰਗਣਾ ਤੋਂ ਨਹੀਂ, ਕਿਸੇ ਨੂੰ BJP ਤੋਂ ਕੋਈ ਲੈਣਾ ਦੇਣਾ ਨਹੀਂ, ਕਿਸੇ ਨੂੰ ਕਾਂਗਰਸ ਤੋਂ, ਕਿਸੇ ਨੂੰ ਅਕਾਲੀ ਤੋਂ। ਗੱਲ ਇਹ ਹੈ ਕਿ ਕੋਈ ਕਾਂਗਰਸ ਜਾਂ ਕੋਈ ਵੀ ਅਕਾਲੀ ਦਲ ਦਾ ਬੰਦਾ ਪੰਜਾਬ ਦੇ ਕਿਸਾਨਾਂ ਨੂੰ ਲੈ ਕੇ ਜਾਂ ਪੰਜਾਬੀਆਂ ਨੂੰ ਲੈ ਕੇ ਸਪੈਸ਼ਲੀ ਨਹੀਂ ਬੋਲਦਾ, ਭਾਵੇਂ ਉਹ ਬਾਹਰਲੇ ਪੱਧਰ ਦਾ ਹੋਵੇ, ਭਾਵੇਂ ਉੱਥੇ ਪੰਜਾਬ ਦਾ ਹੋਵੇ, ਬਟ ਉਹ ਕੰਗਣਾ ਵੱਲੋਂ ਇੱਦਾਂ ਬੋਲਣਾ, ਐਂਡ ਉਹ ਵੀ ਬੀਇੰਗ ਅ MP ਹੋਣ ਦੇ ਨਾਤੇ, ਨੋਟ ਐਜ਼ ਐਨ ਆਰਟਿਸਟ ਹੋਣ ਦੇ ਨਾਤੇ। ਉਹ ਤੁਹਾਨੂੰ ਲੱਗਦਾ ਕਿ ਇਹ ਡਿਜ਼ਰਵ ਕਰਦੇ ਨੇ, ਯੂ ਨੋ, MP ਹੋਣਾ ਜਾਂ ਨਹੀਂ? ਇਕੱਲੀ ਕੰਗਣਾ ਦੀ ਗੱਲ ਨਾ ਨਾ ਕਰੋ, ਤੁਸੀਂ ਰੈਕਰਡ ਚੱਕੋ ਪਾਰਲੀਮੈਂਟ ਦਾ, ਕਿੰਨੇ ਲੋਕ ਨੇ ਉੱਥੇ ਜਿਹਨਾਂ 'ਤੇ ਰੇਪ ਦੇ ਕੇਸ ਆ, ਕਿੰਨੇ ਲੋਕ ਆ ਜਿਹਨਾਂ 'ਤੇ ਮਰਡਰ ਦੇ ਕੇਸ ਆ, ਜਿਹੜੇ MP ਬਣੀ ਜਾਂਦੇ। ਮੇਰਾ ਖਿਆਲ ਆ ਇਹ ਨਾ ਸੰਵਿਧਾਨ 'ਚੋਂ ਕੱਢਣਾ ਚਾਹੀਦਾ, ਜਿਹ 'ਤੇ ਕੋਈ ਵੀ ਕੇਸ ਚੱਲਦਾ ਉਹਨੂੰ ਇਲੈਕਸ਼ਨ ਲੜ ਸਕਦਾ ਹੀ ਨਾ ਹੋਵੇ। ਹੁਣ ਤੁਸੀਂ ਦੇਖੋ ਵੀ ਇੰਨੇ ਕੇਸ ਚੱਲਦੇ ਆ, ਲੋਕ ਉਹ MP ਬਣੀ ਜਾਂਦੇ ਆ, ਲੋਕ ਟਿਕਟਾਂ ਦੇ ਰਹੇ, ਉਹਨਾਂ ਨੂੰ ਟਿਕਟਾਂ ਹੀ ਕਿਉਂ ਦਿੰਦੇ ਨੇ ਇਹੋ ਜਿਹੇ ਨੂੰ? ਪਹਿਲਾਂ ਘੋਖ ਪੜਤਾਲ ਕਰਨੀ ਚਾਹੀਦੀ ਹੈ ਨਾ, ਕੋਈ 10-10 ਪੜ੍ਹੇ ਤਾਂ ਇੱਥੇ ਕਲਚਰ ਫੇਅਰ ਮਿਨਿਸਟਰ ਬਣੇ ਫਿਰਦੇ ਨੇ, ਕੋਈ ਐਜੂਕੇਸ਼ਨ ਦਾ ਪੈਮਾਨਾ, ਕੋਈ ਕੁਛ। ਸੰਵਿਧਾਨ 'ਚ ਜੇ ਸੋਧ ਕਰਨੀ ਹੈ, ਇਹ ਕਰੋ ਵੀ ਕੋਈ ਵੀ ਜਿਹੜਾ ਕ੍ਰਿਮੀਨਲ ਹੈ, ਜਿਹੜਾ ਕਿਸੇ ਵੀ ਕ੍ਰਾਈਮ ਦੇ ਵਿੱਚ ਇਨਵੋਲਵ, ਉਹਨੂੰ ਟਿਕਟ ਹੀ ਨਾ ਦਿਓ। ਫਿਰ ਉਹਨੂੰ ਦਿੱਤੀ ਹੈ ਤਾਂ ਜੇ ਇਹ ਬਣ ਗਏ, ਕਰ ਗਏ, ਕੁਰ ਗਏ, ਤਾਂ ਜੇ ਕਾਂਗਰਸ ਬੋਲਦੀ ਹੈ ਸਾਰੇ ਬੋਲੀ ਜਾਂਦੇ ਇੱਕ ਦੂਜੇ ਦੇ ਉਲਟ, ਬਟ ਇਹ ਮਾੜਾ ਰੁਝਾਨ ਹੈ। ਕਿਸੇ ਦੇ ਉਲਟ ਬੋਲਣ ਨਾਲ ਉਹਨਾਂ ਆਪਣੀ ਪ੍ਰਤਿਭਾ ਜਿਹੜੀ, ਆਪਣੀ ਜਿਹੜੀ ਕਾਬਲੀਅਤ ਹੈ, ਉਹਦਾ ਲੋਹਾ ਮਨਵਾਓ ਲੋਕਾਂ ਨੂੰ, ਬਜਾਏ ਇਸ ਦੇ ਕਿ ਤੁਸੀਂ ਬੋਲ ਬੋਲ ਕੇ ਵਿਊਜ਼ ਲਓ। ਮੈਂ ਅੱਜ ਐਤਕੀ ਤੁਹਾਡੇ ਤੋਂ ਗਾਣਾ ਸੁਣੇ ਬਿਨਾਂ ਜਾਣਾ, ਅੱਜ ਕੋਈ ਗਾਣਾ ਸੁਣਾ ਦਿਓ ਕਹਿਣ ਜਾ, ਅੱਜ ਬਥੇਰਾ ਟਾਈਮ ਹੋ ਗਿਆ ਤੁਸੀਂ ਬੋਲੀ ਜਾਂਦੇ, ਐਤਕੀ ਮੈਂ ਤੁਹਾਡੇ ਤੋਂ ਗੀਤ ਕੋਈ ਵਧੀਆ ਸੁਣ ਕੇ ਜਾਂਦੇ, ਸੁਣਨਾ ਹੀ ਪੈਣਾ। ਆਪਣਾ ਬਹੁਤ ਵਾਇਰਲ ਹੋ ਰਿਹਾ ਪੰਜਾਬ ਕੌਰ, ਯੂਟਿਊਬ 'ਤੇ ਹੋ ਰਿਹਾ, ਉਹਦੀਆਂ 2 ਲਾਈਨਾਂ ਸੁਣਾਉਣੀਆਂ ਤੁਹਾਨੂੰ। ਗੁੜਤੀ ਵੀ ਮਿਲੀ ਹੈ ਪੰਜਾਬ ਤੋਂ, ਪਾਣੀ ਵੀ ਪੰਜਾਬ ਦਾ ਹੀ ਪੀਤਾ ਮੈਂ, ਜਿਹੜੇ ਵੀ ਮੈਦਾਨ ਵਿੱਚ ਉਤਰੀ, ਗੱਜ ਕੇ ਮੈਦਾਨ ਫਤਿਹ ਕੀਤਾ ਮੈਂ, ਜਿਗਰੇ ਪਹਾੜ ਜਿੱਡੇ ਰੱਖਦੀ, ਵੱਖਰੀ ਪੰਜਾਬਣ ਦੀ ਟੌਰ ਵੇ, ਦਿਲ ਨਹੀਂ ਦਿਮਾਗਾਂ 'ਚ ਮੈਂ ਵੱਸਦੀ, ਮੈਂ ਨਾਂ ਨਾਲ ਲਿਖਦੀ ਹਾਂ ਕੌਰ ਵੇ,
ਦਿਲ ਨੀ ਦਿਮਾਗਾਂ 'ਚ ਮੈਂ ਵੱਸਦੀ, ਮੈਂ ਨਾਂ ਨਾਲ ਲਿਖਦੀ ਹਾਂ ਕਾਰਵੇ। ਕਿਆ ਬਾਤ ਹੈ ਜੀ, ਥੈਂਕ ਯੂ ਸੋ ਮਚ ਜੀ। ਅਤੇ ਹੁਣ ਮੁਲਾਕਾਤ ਕਰਦੇ ਹਾਂ ਅਗਲੀ ਘੈਂਟ ਅਤੇ ਹੋਰ ਰੂਹਾਨੀ ਮੁਲਾਕਾਤ ਕਰਦੇ ਹਾਂ, ਅਤੇ ਕੁਛ ਅਗਲਾ ਤੁਹਾਡਾ ਕੁਛ ਹੁੰਦਾ ਤਾਂ ਫਿਰ ਅਸੀਂ ਹੋਰ ਮੁਲਾਕਾਤਾਂ ਕਰਦੇ ਹਾਂ। ਟੋਪਿਕ ਬੜੇ ਸਾਰੇ ਨੇ ਗੱਲਾਂ ਕਰਨ ਵਾਸਤੇ। ਥੈਂਕ ਯੂ ਜੀ ਨਿਊਜ਼ 18, ਆਈ ਐਮ ਆਲਵੇਜ਼ ਗ੍ਰੇਟਫੁਲ ਟੂ ਯੂ, ਗੋਡ ਬਲੈਸ ਯੂ ਬੱਚੋ, ਲਵ ਯੂ ਆਲ। ਸਾਰੇ ਪੰਜਾਬੀਆਂ ਨੂੰ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ, ਜੈ ਸ਼੍ਰੀ ਰਾਮ। ਸਤਿ ਸ਼੍ਰੀ ਅਕਾਲ।